ਆ ਲੋਪੋ ਕੇ ਦੇ ਨੇੜੇ ਜੋ ਪੁਲਿਸ ਐਨਕਾਊਂਟਰ ਇੱਕ ਹੋਇਆ ਹੈ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਸਾਡੇ ਨਾਲ ਅੰਮ੍ਰਿਤਸਰ ਰੂਰਲ ਪੁਲਿਸ ਦੇ SSP ਸਰਦਾਰ ਚਰਨਜੀਤ ਸਿੰਘ ਸੋਹਲ ਸਾਹਿਬ ਮੌਜੂਦ ਨੇ। ਤਾਂ ਸੋਹਲ ਸਾਹਿਬ ਇਹ ਕੀ ਘਟਨਾ ਵਾਪਰੀ ਹੈ ਜੀ ਪਿੰਡ ਕਲੇਰ ਨੇੜੇ ਜੋ ਥਾਣਾ ਲੋਪੋ ਕੇ ਦੇ ਅਧੀਨ ਹੈ ਜੀ? ਅਸੀਂ ਰੈਗੂਲਰਲੀ ਜਿਹੜਾ ਹੈ ਸਾਡੇ ਡੇਲੀ ਦੀ ਨਾਕਾਬੰਦੀ ਹੁੰਦੀ ਹੈ ਕਿਉਂਕਿ ਸਾਡੇ ਕੋਲ ਕਾਫੀ ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਹੈ ਕਿ ਕੁਝ ਜਿਹੜੇ ਹੈਗੇ ਆ ਗੈਂਗਸਟਰਸ ਦੀ ਮੂਵਮੈਂਟ ਚੱਲ ਰਹੀ ਹੈ। ਜੀ ਇਸ ਕਰਕੇ ਸਾਡੀ ਪਹਿਲਾਂ ਜਿਹੜੀ ਹੈ ਅਸੀਂ ਜਿਹੜੀ ਰੈਗੂਲਰ ਨਾਕਾਬੰਦੀ ਕਰਦੇ ਸੀ ਉਸ ਤੋਂ ਇਲਾਵਾ ਵੀ ਅਸੀਂ ਜਿਹੜੀ ਹੈ ਸਪੈਸ਼ਲ ਨਾਕਾਬੰਦੀ ਕਰਦੇ ਜੀ ਸਰ ਜੀ। ਅੱਜ ਜਿਹੜੀ ਇਹ ਨਾਕਾਬੰਦੀ ਹੋਈ ਸੀ ਇਹ ਨਾਕਾ ਲੋਪੋਕੇ ਦੇ ਏਰੀਏ ਵਿੱਚ ਲੱਗਿਆ ਹੋਇਆ ਸੀ ਰਾਮ ਤੀਰਥ ਲੋਪੋਕੇ ਰੋਡ ਤੇ ਜੀ ਜੀ ਕਲੇਰ ਦੇ ਕੋਲ ਜਿਹੜੇ ਇਹ ਪੰਜ ਬੰਦੇ ਹੈ ਇੱਕ ਵਰਨਾ ਗੱਡੀ ਜੋ ਕਿ ਹਰਿਆਣਾ ਨੰਬਰ ਦੀ ਸੀ ਉਹਦੇ ਵਿੱਚ ਆ ਰਹੇ ਸਨ ਜੀ। ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਗੱਡੀ ਭਜਾ ਲਈ ਹੈ ਜਦੋਂ ਪੁਲਿਸ ਨੇ ਇਹਨਾਂ ਨੂੰ ਚੇਸ ਕੀਤਾ ਜੀ ਤੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਹੈਗਾ ਖੁਸ਼ਪ੍ਰੀਤ ਨਾਂ ਦਾ ਜਿਹੜਾ ਜੀ ਜੀ ਇਹਨੇ ਫਾਇਰ ਕੀਤਾ ਹੈ ਜਿਹਨੂੰ ਇਹਨੇ ਤਿੰਨ ਫਾਇਰ ਕੀਤੇ ਓਕੇ ਤੇ ਇਹਨਾਂ ਨੂੰ ਜਦੋਂ ਇਹਨੂੰ ਵਾਰਨਿੰਗ ਦਿੱਤੀ ਗਈ ਹਵਾ 'ਚ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਤੇ ਰੁਕੇ ਨੂੰ ਜਦੋਂ ਫਾਇਰ ਕੀਤਾ ਤੇ ਪੁਲਿਸ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਹਦੇ ਲੱਤ ਦੇ ਵਿੱਚ ਲੱਗਿਆ ਜੀ ਤੇ ਇਹ ਇੰਜਰਡ ਹੈ ਤੇ ਇਹਨਾਂ ਨੂੰ ਫੜ ਲਿਆ ਗਿਆ ਹੈ। ਖੁਸ਼ਪ੍ਰੀਤ ਸਿੰਘ ਬਾਰੇ ਜਿਹੜੀ ਸਾਡੇ ਕੋਲ ਮੁੱਢਲੀ ਜਿਹੜੀ ਇਨਫੋਰਮੇਸ਼ਨ ਇੰਟਰੋਗੇਸ਼ਨ ਚ ਆਈ ਹੈ ਉਸਦੇ ਵਿੱਚ ਖੁਸ਼ਪ੍ਰੀਤ ਜੋ ਹੈ ਇਹ ਡੋਨੀਵਾਲ ਘਨਸ਼ਾਮਪੁਰੀਆ ਗਰੁੱਪ ਦੇ ਨਾਲ ਐਸੋਸੀਏਟਡ ਹੈ। ਓਕੇ ਇਸ ਤੋਂ ਇਲਾਵਾ ਇਹ ਤਰਨ ਤਾਰਨ ਦੇ ਘਰਿਆਲਾ ਪਿੰਡ ਦੇ ਵਿੱਚ ਇੱਕ ਫਾਇਰਿੰਗ ਇੰਸੀਡੈਂਟ ਦੇ ਵਿੱਚ ਵੀ ਇਨਵੋਲਵ ਸੀ ਜੀ। ਉੱਥੇ ਵੀ ਇਹਦੇ ਖਿਲਾਫ ਜਿਹੜੀ ਹੈ FIR ਦਰਜ ਹੋਈ ਹੈ ਜੀ ਤੇ ਇਹਨਾਂ ਨੂੰ ਫੜ ਲਿਆ ਗਿਆ। ਗੱਡੀ ਜਿਹੜੀ ਹਰਿਆਣਾ ਨੰਬਰ ਦੀ ਵਰਨਾ ਹੈ ਉਹ ਕਾਬੂ ਹੋ ਗਈ ਹੈ। ਟੋਟਲ ਪੰਜ ਗੈਂਗਸਟਰ ਸਰ ਦੱਸੇ ਜਾ ਰਹੇ ਨੇ, ਪੰਜ ਗੈਂਗਸਟਰ ਸਨ ਜਿਨ੍ਹਾਂ ਨੂੰ ਜਿਹੜਾ ਹੈ ਹੁਣ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦੇ ਕੋਲੋਂ ਸਰ ਵੈਪਨ ਪਤਾ ਬਰਾਮਦ ਹੋ ਗਏ ਜੀ ਕਿ ਅਜੇ ਚੱਲ ਰਹੀ ਹੈ ਜਾਂਚ? ਜਿਹੜੀ ਹੁਣ ਦੀ ਜਿਹੜੀ ਰਿਕਵਰੀ ਹੈ ਉਹ ਹੁਣ ਤੱਕ ਦੀ ਪਿਸਟਲ 32 ਬੋਰ ਦਾ ਜਿਹੜਾ ਜਿਹਦੇ ਨਾਲ ਇਹਨਾਂ ਨੇ ਫਾਇਰ ਕੀਤਾ ਇਲੀਗਲ ਕੰਟਰੀ ਮੇਡ ਵੈਪਨ ਹੈ ਓਕੇ ਜਿਸਤੋਂ ਇਹਨਾਂ ਨੇ ਤਿੰਨ ਫਾਇਰ ਕੀਤੇ ਉਹ ਰਿਕਵਰ ਹੋ ਗਿਆ। ਇਸਦਾ ਇੰਜਰਡ ਖੁਸ਼ਪ੍ਰੀਤ ਹੈ ਜੋ ਕਿ ਡੁਮਨੀਵਾਲ ਤੇ ਘਨਸ਼ਾਮਪੁਰ ਗਰੁੱਪ ਦੇ ਨਾਲ ਐਸੋਸੀਏਟਡ ਹੈ। ਇਹਦੇ ਨਾਲ ਇਸਦੇ ਚਾਰ ਜਿਹੜੇ ਹੋਰ ਸਾਥੀ ਨੇ ਉਹ ਕਾਬੂ ਕਰ ਲਏ ਗਏ। ਇਹਨੂੰ ਸਰ ਫਿਰ ਜਿਹੜਾ ਜ਼ਖਮੀ ਗੈਂਗਸਟਰ ਨੂੰ ਤੁਰੰਤ ਹਸਪੀਟਲ ਲੈ ਕੇ ਲਿਜਾਇਆ ਗਿਆ ਜੀ? ਬਿਲਕੁਲ ਜੀ, ਨੀਅਰ ਬਾਏ ਜਿਹੜੇ ਹਸਪੀਟਲ ਤੋਂ ਐਂਬੂਲੈਂਸ ਨੂੰ ਕਾਲ ਕੀਤਾ ਗਿਆ, ਮੇਰੇ ਖਿਆਲ ਉਹ ਪਹੁੰਚ ਹੀ ਗਈ ਹੈ ਤੇ ਇਹਦਾ ਰਿਪੋਰਟ ਵੀ ਲੈ ਰਿਹਾ ਤੇ ਉਹ ਜਲਦੀ ਇਹਨੂੰ ਜਿਹੜਾ ਹਸਪੀਟਲਾਈਜ਼ ਕਰ। ਐਸਐਸਪੀ ਸਾਹਿਬ ਇਹ ਇਸ ਏਰੀਏ ਸਰਹੱਦੀ ਏਰੀਆ ਸੀਗਾ ਕਿਉਂਕਿ ਪਿੱਛੇ ਜੇ ਇਹ ਵੀ ਰਿਪੋਰਟ ਸੀਗਾ ਕਿ ਕੁਝ ਗੈਂਗਸਟਰ ਜਾਂ ਨਸ਼ੇ ਦੇ ਸੰਬੰਧੀ ਵੀ ਕੋਈ ਡਿਲੀਵਰੀ ਲੈਣੀ ਹੋਵੇ ਜਾਂ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਆਉਂਦੀ ਹੈ ਉਹਨੂੰ ਲੈਣ ਜਾਂ ਕੋਈ ਵਾਰਦਾਤ ਦੇ ਸੰਬੰਧੀ ਇਸ ਏਰੀਏ 'ਚ ਫਿਰ ਰਹੇ ਸੀ ਕਿਉਂਕਿ ਨਾਕੇਬੰਦੀ ਤੇ ਤੁਸੀਂ ਖੁਦ ਵੀ ਇੱਕ ਦਿਨ ਗਏ ਇਸ ਏਰੀਏ ਦੇ ਵਿੱਚ, ਖੁਦ ਨਾਕੇ ਜਿਸ ਦਿਨ ਚੈੱਕ ਕਰਵਾ ਕੇ ਆਏ ਸੀ ਤੁਸੀਂ, ਤਾਂ ਇਹ ਉਸ ਏਰੀਏ 'ਚ ਮੂਵਮੈਂਟ ਤਾਂ ਪਤਾ ਲੱਗਾ ਕਿਉਂ ਸੀਗਾ? ਕੋਈ ਨਾਕਿਆਂ ਦੀ ਗਿਣਤੀ ਤੁਸੀਂ ਵਧਾ ਦਿੱਤੀ ਸੀ ਕਾਫੀ ਇਸ ਏਰੀਏ 'ਚ? ਦੇਖੋ ਜੀ, ਡਰੱਗ ਕੰਸਾਈਨਮੈਂਟਸ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਰਿਟਰੀਵ ਕਰਨਾ ਅਤੇ ਜਿਹੜੇ ਵੈਪਨਸ ਦੀ ਜਿਹੜੀ ਕੰਸਾਈਨਮੈਂਟਸ ਆਉਂਦੀਆਂ ਉਹਨਾਂ ਨੂੰ ਰਿਟਰੀਵ ਕਰਨਾ, ਉਹਦੇ ਵਿੱਚ ਇਸ ਤਰ੍ਹਾਂ ਦੇ ਗੈਂਗਸਟਰ ਐਲੀਮੈਂਟਸ ਜਿਹੜੇ ਹੈਗੇ ਆ ਉਹ ਪਾਰਟਿਸਿਪੇਟ ਕਰਦੇ ਨੇ। ਉਸ ਤੋਂ ਬਾਅਦ ਕੋਈ ਨਾ ਕੋਈ ਕਿਲਿੰਗ ਰਾਈਵਲ ਗਰੁੱਪ ਦੇ ਨਾਲ ਕੋਈ ਗੈਂਗਵਾਰ ਤੇ ਟਾਰਗੇਟ ਕਿਲਿੰਗ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਆ। ਇਹ ਅਜੇ ਜੋ ਇਹਨਾਂ ਦੀ ਜਿਹੜੀ ਮੂਵਮੈਂਟ ਇਸ ਏਰੀਆ ਦੇ ਵਿੱਚ ਸਾਨੂੰ ਪਹਿਲਾਂ ਕਾਫੀ ਦਿਨਾਂ ਤੋਂ ਸਾਨੂੰ ਜਿਹੜੀ ਖਬਰਾਂ ਵੀ ਆ ਰਹੀਆਂ ਸਨ, ਉਸ ਤੋਂ ਸਾਨੂੰ ਰਿਪੋਰਟਸ ਵੀ ਆ ਰਹੀਆਂ ਸਨ ਕਿ ਇਹਨਾਂ ਦੀ ਜਿਹੜੀ ਮੂਵਮੈਂਟ ਹੈ ਇੱਥੇ ਹੋਣੇ ਵਾਲੀ ਹੈ ਤੇ ਕਾਫੀ ਇਸ ਤਰੀਕੇ ਦੀ ਜਿਹੜੀ ਕੋਈ ਨਾ ਕੋਈ ਵਾਰਦਾਤ ਕਰ ਸਕਦੇ ਆ। ਰਾਈਟ ਸਰ, ਉਸ ਦੇ ਜਿਹੜੇ ਹੈ ਰਿਸਪੋਂਸ ਦੇ ਵਿੱਚ ਇਹ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਆਪਣੀਆਂ ਇਹ ਨਾਕੇਬੰਦੀ ਜਿਹੜੀ ਹੈ ਇਹ ਕਰ ਰਹੇ ਸਾਂ। ਇਹ ਜਿਹੜੀ ਮੁੱਢਲੀ ਜਿਹੜੀ ਹੁਣ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਕੋਈ ਨਾ ਕੋਈ ਵਾਰਦਾਤ ਕਰਨ ਦੇ ਫਰਾਕ ਸਨ। ਬਾਕੀ ਜਿਹੜੀ ਹੈ ਕਿਉਂਕਿ ਬਰੀਫ ਇਨਕਾਊਂਟਰ ਤੋਂ ਬਾਅਦ ਜਿਹੜਾ ਇਹ ਜ਼ਖਮੀ ਇਹਨੂੰ ਹਸਪਿਟਲਾਈਜ਼ ਕਰਨਾ ਤੇ ਹੋਰ ਜਿਹੜੀ ਮੁੱਢਲੀ ਨੂੰ ਸਹਾਇਤਾ ਦੇਣਾ ਹੈ ਮੈਡੀਕਲ ਦੀ, ਉਹ ਸਾਰਾ ਚੀਜ਼ਾਂ ਚੱਲ ਰਹੀਆਂ ਨੇ ਤੇ ਜਲਦੀ ਜਿਹੜੀ ਹੈਗੀ ਇਹ ਸਾਰੀ ਜਿਹੜੀ ਜਾਣਕਾਰੀ ਹੈ ਜਦੋਂ ਇੰਟਰੋਗੇਸ਼ਨ ਪ੍ਰੋਪਰ ਹੁੰਦੀ ਹੈ ਇਹ ਸਾਰੀ ਸਾਂਝੀ ਕੀਤੀ ਜਾਵੇਗੀ।